ਇੱਕ ਲੜਕੀ ਬਹੁਤ ਖਾਂਦੀ ਸੀ ਕਿਉਂਕਿ ਜੀਵਨ ਉਦੇਸ਼ ਕੋਈ ਨਹੀਂ ਸੀ। ਸੋ ਕਰਦੀ ਵੀ ਕੁਝ ਨਹੀਂ ਸੀ। ਉਹ ਮੋਟੀ ਹੋ ਗਈ ਸੀ। ਮੋਟਾਪੇ ਕਾਰਨ ਕੋਝੀ ਲੱਗਦੀ ਸੀ। ਇੱਕ ਵਾਰੀ ਉਹਨੂੰ ਸੋਕੇ ਦੇ ਸ਼ਿਕਾਰ ਭੋਜਨ ਦੀ ਥੜਵਲੇ ਇਲਾਕੇ 'ਚ ਵਿਚਰਨਾ ਪਿਆ ਜਿੱਥੇ ਉਹਨੇ ਹੋਰਾਂ ਨਾਲ ਰਲ ਕੇ ਕਈ ਸਾਧਨਾ ਤੇ ਸਰੋਤਾਂ ਤੋਂ ਭੋਜਨ ਇਕੱਤਰ ਕਰਨਾ ਹੁੰਦਾ ਸੀ। ਪਹਿਲਾਂ ਉਹ ਸਵਾਰਥੀ ਸੀ, ਹੁਣ ਉਹ ਕਲਿਆਨਕਾਰੀ ਸੀ। ਪਹਿਲਾਂ ਉਹ ਜਾਂ ਖਾਂਦੀ ਸੀ ਜਾਂ ਸੌਂਦੀ ਸੀ ਹੁਣ ਉਹਨੂੰ ਹੋਰਾਂ ਦੀ ਭੁੱਖ ਵੇਖ ਕੇ ਆਪ ਭੁੱਖ ਲੱਗਦੀ ਨਹੀਂ ਸੀ ਸਵੇਰੇ ਦੁਪਹਿਰ ਲਈ ਦੁਪਹਿਰੇ ਸ਼ਾਮ ਲਈ ਭੋਜਨ ਇਕੱਤਰ ਕਰਨ ਦੀ ਚੁਣੌਤੀ ਕਾਰਨ ਹੁਣ ਉਸ ਕੋਲ ਸੌਣ ਦੀ ਵੇਲ ਹੀ ਨਹੀਂ ਸੀ ਪਹਿਲਾਂ ਉਹ ਭੁੱਖਿਆਂ ਵਾਂਗ ਖਾਂਦੀ ਸੀ ਹੁਣ ਉਹ ਭੁੱਖਿਆਂ ਨੂੰ ਖਵਾਉਂਦੀ ਸੀ ਹੁਣ ਉਹ ਆਪ ਖਾਣ ਚ ਨਹੀਂ ਹੋਰਾਂ ਨੂੰ ਖਵਾਣ ਚ ਰੁੱਝੀ ਰਹਿੰਦੀ ਸੀ ਇਹਨਾਂ ਰੁੱਝੇਵਿਆਂ ਕੰਮਾਂ ਤੇ ਯਤਨਾਂ ਦੇ ਨਤੀਜੇ ਵਜੋਂ ਉਪਤਲੀ ਹੋ ਗਈ ਤੇ ਪਤਲੀ ਹੋਣ ਕਰਕੇ ਸੋਹਣੀ ਹੋ ਗਈ ਪਤਲੀ ਉਹ ਆਪ ਘਟ ਖਾਣ ਕਾਰਨ ਹੋਈ ਸੋਹਣੀ ਉਹ ਭੁੱਖਿਆ ਨੂੰ ਰਜਾਉਣ ਕਾਰਨ ਹੋਈ ਧੰਨਵਾਦ